पटियाला वासियों नूं रेलवे विभाग दा तोहफा, जल्द शुरू होवेगी सुपरफास्ट हमसफर एक्सप्रेस। श्री हजूर साहिब नदेड़ तो जम्मू तवी वाया राजपुरा जंक्शन पटियाला धूरी मलेरकोटला होके चलेगी सुपर एक्सप्रेस। राजपुरा जंक्शन पटियाला धूरी मलेरकोटला स्टेशन ते करेगी ठहराव। इस वेले दी अहम खबर अंबाला रेल डिवीजन नाल जुड़ी हुई है। अंबाला डिवीजन दे उच्च अधिकारियों ने मालवा वासियों नूं एक बहुत वड्डा तोहफा दिता है। 1251 नदेड़ जम्मू तवी नदेड़ सुपरफास्ट हमसफर एक्सप्रेस जो पहला नदेड़ तो चल के वाया नवी दिल्ली अंबाला कैंट सरहंद लुधियाना होके चलती सी, हुण ओह अंबाला कैंट स्टेशन तो वाया राजपुरा पटियाला धूरी मलेरकोटला होके चलेगी। जानकारी साझी करदे हां डिवीजनल रेलवे मैनेजर सरदार गुरिंदर मोहन सिंह जी ने दस्सिया कि पटियाला रूट तो लंबे रूट दियां रेल गड्डियां चलाउण दी मंग काफी लंबे समय तो आ रही सन, जिस नूं अंबाला डिवीजन दे अधिकारियों ने पूरा करके यात्रियों नूं सुपरफास्ट हमसफर एक्सप्रेस की सहूलत दे दी है, तां जो यात्री श्री हजूर साहिब नदेड़ ते माता वैष्णो देवी दे दर्शन कर सकन। इस नाल जिथे रेलवे की आमदनी दे विच वाधा होएगा उथे यात्रियों नूं भी नवी रेल गड्डी की सहूलत मिलेगी। हेलो हेलो पटियाला राजपुरा मलेरकोटला धूरी होके जम्मू अमृतसर कर रहे हो। हां जी सर, बड़ी खुशी की गल आ, पब्लिक की काफी लंबे समय की डिमांड सी सर, तुसीं जिहनूं पूरा कीता सर अपने टाइम दे विच, ਕੀ ਕਹਿਣਾ ਸਰ ਤੁਹਾਡਾ ਸੁਣ ਲੈ ਕੇ ਸਰ? ਐਕਚੁਅਲੀ ਪਟਿਆਲਾ ਰੂਟ ਦੇ ਵਿੱਚ ਗੱਡੀਆਂ ਲੌਂਗ ਡਿਸਟੈਂਸ ਗੱਡੀ ਕੋਈ ਵੀ ਨਹੀਂ ਸੀ। ਮੈਨੂੰ ਯਾਦ ਹੈ ਕਰੀਬ 10 ਸਾਲ ਪਹਿਲੇ ਇੱਕ ਦਾਦਰ ਐਕਸਪ੍ਰੈਸ ਡਾਇਵਰਟ ਹੋਈ ਸੀ ਜੀ, ਔਰ ਉਹ ਵੀ ਹੁਣ ਕਾਫੀ ਬੰਬੇ ਵਗੈਰਾ ਜਾਣ ਲਈ ਜਾਂ ਦਿੱਲੀ ਜਾਣ ਲਈ ਕਾਫੀ ਪਾਪੂਲਰ ਟ੍ਰੇਨ ਪਟਿਆਲਾ ਤੋਂ ਹੋ ਗਈ ਹੈ ਜੀ। ਤੇ ਇਸ ਇਲਾਕੇ ਦੀ ਡਿਮਾਂਡ ਦੇ ਹਿਸਾਬ ਸਿਰ ਇੱਕ ਜੰਮੂ ਵਾਸਤੇ, ਵੈਸ਼ਨੋ ਦੇਵੀ ਵਾਸਤੇ ਤੇ ਇੱਕ ਨੰਦੇੜ ਵਾਸਤੇ ਕਾਫੀ ਡਿਮਾਂਡ ਆ ਰਹੀ ਸੀ। ਪਟਿਆਲਾ ਦੇ ਲੋਕੀ ਵੀ ਜਾ ਕੇ ਰਾਜਪੁਰਾ ਤੋਂ ਸੱਚਖੰਡ ਪਕੜਦੇ ਸੀ 2716 ਜਿਹੜੀ ਗੱਡੀ ਨੰਦੇੜ ਦੀ ਬਹੁਤ ਪਾਪੂਲਰ ਗੱਡੀ ਹੈ ਜੀ ਜੀ, ਔਰ ਉਹਦੇ ਵਿੱਚ ਸੀਟ ਨਾ ਮਿਲਣ ਕਰਕੇ ਕਾਫੀ ਲੋਕਾਂ ਦਾ ਉਤਸ਼ਾਹ ਘੱਟ ਜਾਂਦਾ ਸੀ ਜੀ। ਤੇ ਹੁਣ ਇਹ ਗੱਡੀ ਹਮਸਫ਼ਰ ਗੱਡੀ ਵੀਕਲੀ ਟ੍ਰੇਨ ਹੈ ਹਾਲੇ ਜੀ, ਔਰ ਇਹ ਮੇਨ ਰੂਟ ਤੇ ਚੱਲਦੀ ਸੀ ਗੱਡੀ ਲੁਧਿਆਣਾ ਅੰਬਾਲਾ ਦੇ ਵਿੱਚ, ਤੇ ਇਹਦੇ ਵਿੱਚ ਕੋਈ ਸਟੋਪੇਜ ਨਹੀਂ ਸੀ ਰਾਹ ਦੇ ਵਿੱਚ। ਬਿਲਕੁਲ ਸਰ, ਮਤਲਬ ਇਹਦਾ ਕੋਈ ਸੀ ਤਾਂ ਅਸੀਂ ਸਟੋਪੇਜ ਖਿੱਚ ਕੇ ਘੱਟ ਆ ਕੇ ਕਿਸੇ ਦੀ ਫੈਸਿਲਿਟੀ ਵਿਦਡਰਾ ਕਰਕੇ ਇਸ ਰੂਟ ਤੇ ਨਹੀਂ ਪਾਈ ਜੀ, ਬਲਕਿ ਇੱਕ ਨਵੀਂ ਫੈਸਿਲਿਟੀ ਕ੍ਰੀਏਟ ਕੀਤੀ ਹੈ ਪਟਿਆਲਾ ਵਾਲੇ ਪਟਿਆਲਾ ਧੂਰੀ ਤੇ ਮਲੇਰਕੋਟਲਾ ਦੇ ਲੋਕਾਂ ਵਾਸਤੇ ਜੀ। ਸੋ ਇਹ ਵੀਕਲੀ ਗੱਡੀ ਹੈ ਔਰ ਸਾਰੀ ਦੀ ਸਾਰੀ ਫੁੱਲੀ ਏਅਰ ਕੰਡੀਸ਼ਨਡ ਹੈ, ਤੇ ਮੈਨੂੰ ਵੀ ਦਾ ਕੋਈ ਇਹਦੇ ਵਿੱਚ ਸੀਟ ਦੀ ਕੋਈ ਸਮੱਸਿਆ ਨਹੀਂ ਰਹੇਗੀ ਜੀ, ਕਿਉਂਕਿ ਪੂਰੀ ਗੱਡੀ 3rd AC ਹੈ ਜੀ, ਪੈਂਟਰੀ ਕਾਰ ਹੈ ਔਰ ਬਿਲਕੁਲ ਨਵਾਂ ਰੇਕ ਹੈ ਹਮ ਸਫ਼ਰ ਦਾ ਨਵਾਂ ਜਿਹੜਾ ਕਨਸੈਪਟ ਪਿਛਲੇ 2-3 ਸਾਲਾਂ ਤੋਂ ਚੱਲ ਰਿਹਾ ਜੀ। ਉਸ ਦੇ ਕਨਸੈਪਟ ਦੇ ਵਿੱਚ ਗੱਡੀ ਕਾਫੀ ਕਾਮਯਾਬ ਹੋਏਗੀ ਜੀ। ਸਰ ਇਹ ਜਿਹੜੀ ਜਦੋਂ ਇਹ ਆਫਟਰ ਤੁਸੀਂ ਨਿਊ ਟਾਈਮ ਟੇਬਲ ਦੇ ਵਿੱਚ ਇਹਨੂੰ ਸਟਾਰਟ ਕਰੋਗੇ ਜੰਮੂ ਚੱਲਣ ਤੋਂ ਲੈ ਕੇ ਨੰਦੇੜ ਪਹੁੰਚਣ ਤੱਕ ਇਹਦੇ ਟਾਈਮ ਦੇ ਵਿੱਚ ਕੋਈ ਖਾਸ ਜ਼ਿਆਦਾ ਦੇਰੀ ਨਹੀਂ ਹੋਏਗੀ ਜੀ ਸਰ, ਤੋਂ ਟਰਮੀਨੇਸ਼ਨ ਤੱਕ ਜੋ ਟਾਈਮ ਹੈ ਉਹ ਨਹੀਂ ਰਹੇਗਾ ਜੀ। ਡੀਅਰ ਸਰ, ਮਾਲਵਾ ਵਾਸੀਆਂ ਨੂੰ ਬੜੀ ਵੱਡੀ ਜਿਹੜਾ ਹੈਗਾ ਤੁਹਾਡੇ ਵੱਲੋਂ ਤੋਹਫਾ ਦਿੱਤਾ ਗਿਆ ਸਰ, ਖਾਸ ਕਰਕੇ ਪਟਿਆਲਾ ਧੂਰੀ ਮਲੇਰਕੋਟਲਾ ਇਹ ਸੈਕਸ਼ਨ ਦਾ ਕੋਈ ਵੀ ਡਾਇਰੈਕਟ ਲਿੰਕ ਨਹੀਂ ਸੀਗਾ ਸਰ, ਨਾ ਵੈਸ਼ਨੋ ਦੇਵੀ ਨਾਲ ਤੇ ਨਾ ਹੀ ਸਰ ਹਜ਼ੂਰ ਸਾਹਿਬ ਨਦੇੜ ਨਾਲ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸਰ, ਥੈਂਕ ਯੂ, ਓਕੇ ਸਰ। ਤੁਹਾਨੂੰ ਦੱਸ ਦਈਏ ਕਿ ਸੁਪਰਫਾਸਟ ਹਮਸਫ਼ਰ ਐਕਸਪ੍ਰੈਸ ਪੂਰੀ ਤਰ੍ਹਾਂ ਏਸੀ ਰੇਲ ਗੱਡੀ ਹੋਏਗੀ ਤੇ ਨਵੀਂ ਸਮੇਂ ਸਾਰਣੀ ਲਾਗੂ ਹੋਣ ਦੇ ਨਾਲ ਹੀ ਸ਼ੁਰੂ ਹੋ ਜਾਏਗੀ। ਸੁਪਰਫਾਸਟ ਹਮਸਫ਼ਰ ਐਕਸਪ੍ਰੈਸ ਰੇਲ ਗੱਡੀ ਹਫ਼ਤਾਵਾਰੀ ਚੱਲੇਗੀ ਅੰਬਾਲਾ ਕੈਂਟ ਤੋਂ ਲੁਧਿਆਣਾ ਵਿਚਕਾਰ ਇਹ ਰਾਜਪੁਰਾ ਜੰਕਸ਼ਨ, ਪਟਿਆਲਾ ਧੂਰੀ ਤੇ ਮਲੇਰਕੋਟਲਾ ਸਟੇਸ਼ਨਾਂ ਤੇ ਠਹਿਰਾਓ ਕਰੇਗੀ। ਐਸ 7 ਨਿਊਜ਼ ਚੈਨਲ ਤੋਂ ਬਿਊਰੋ ਚੀਫ ਜਸਵੀਰ ਔਲਖ ਦੀ ਰਿਪੋਰਟ।